ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਥਾਲੀ ਰਾਜ ਨੂੰ ਇੱਥੇ ਪਹੁੰਚਣ ਲਈ ਲੰਬਾ ਪੈਂਡਾ ਤੈਅ ਕਰਨਾ ਪਿਆ। 1999 ਵਿੱਚ ਜਦੋਂ ਮੇਰੀ ਚੋਣ ਹੋਈ ਤਾਂ ਸਾਡਾ ਖਰਚਾ ਚੁੱਕਣ ਵਾਲਾ ਕੋਈ ਨਹੀਂ ਸੀ। ਮੇਰੇ ਪਿਤਾ ਨੇ ਮੇਰੇ ਤੇ ਬਹੁਤ ਖਰਚ ਕੀਤਾ। ਉਹਨਾਂ ਨੇ ਮੈਨੂੰ ਕਿੱਟ ਦਿਲਵਾਈ ਜੋ ਹਰੇਕ ਕਮਾਂਤਰੀ ਖਿਡਾਰੀ ਚਾਹੁੰਦਾ ਹੈ। ਨੈਸ਼ਨਲ ਪਲੇਅਰ ਵੁੱਡ ਵਾਂਟ ਟੂ ਹੈਵ। ਹਾਲ ਹੀ ਵਿੱਚ ਟੀਮ ਦੀ ਸਫਲਤਾ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਨੇ ਉਹਨਾਂ ਦੀ ਤਨਖਾਹ ਵਿੱਚ ਵਾਧੇ ਦਾ ਫੈਸਲਾ ਲਿਆ। ਜੋ 22,500 ਡਾਲਰ ਤੋਂ 77,000 ਡਾਲਰ ਤੱਕ ਹੈ। ਇਸ ਨਾਲ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਦੁਨੀਆ ਦੀ ਮਹਿਲਾ ਕ੍ਰਿਕਟ ਖਿਡਾਰਣ ਬਣ ਗਈ ਹੈ। ਸਾਨੂੰ ਇੱਥੋਂ ਤੱਕ ਪਹੁੰਚਣ ਲਈ ਸੱਚਮੁੱਚ ਬਹੁਤ ਮਿਹਨਤ ਕਰਨੀ ਪਈ। ਇੱਕ ਵੇਲਾ ਸੀ ਜਦੋਂ ਅਸੀਂ ਇੱਕੋ ਗੇਂਦ ਅਤੇ ਬੱਲੇ ਨਾਲ ਪੂਰਾ ਸੀਜ਼ਨ ਕੱਟਦੇ ਸੀ ਅਤੇ ਅੱਜ ਸਾਡੇ ਕੋਲ ਬਹੁਤ ਸਾਰੀਆਂ ਗੇਂਦਾਂ ਅਤੇ ਬੱਲੇ ਹਨ। ਸੀਰੀਜ਼ ਬਰਾਬਰ ਤਨਖਾਹ ਦਾ ਸੁਪਨਾ ਪੂਰਾ ਹੋਣ ਚਾਹਲੇ ਦੇ ਰਿਹਾ। ਉਸ ਦੀ ਤਨਖਾਹ ਹਾਲੇ ਵੀ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਸੀਨੀਅਰ ਖਿਡਾਰੀਆਂ ਦੀ ਤਨਖਾਹ ਦੇ ਅੱਧ ਤੋਂ ਵੀ ਘੱਟ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮਹਿਲਾ ਕ੍ਰਿਕਟ ਖਡਾਰੀਆਂ ਦੀ ਘੱਟ ਤਨਖਾਹ ਇਸ ਲਈ ਹੈ ਕਿ ਇਸ ਤੇ ਖਰਚ ਕਰਨ ਵਾਲੇ ਲੋਕ ਘੱਟ ਹਨ ਅਤੇ ਇਹ ਖੇਡ ਘੱਟ ਲੋਕਾਂ ਦੀ ਖਿੱਚ ਦਾ ਕੇਂਦਰ ਹੈ ਬੇਸ਼ੱਕ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਜਿੱਤ ਲਿਆ ਪਰ ਉਹਨਾਂ ਦੀ ਤਨਖਾਹ ਜੇ ਵੀ ਘੱਟ ਹੈ ਮੈਨੂੰ ਲੱਗਦਾ ਹੈ ਕਿ ਪੇਸ਼ੇਵਰ ਮਹਿਲਾ ਕ੍ਰਿਕਟ ਅਜੇ ਵੀ ਆਪਣੇ ਬਾਲਪੁਣੇ ਵਿੱਚ ਹੈ ਅਤੇ ਇਸ ਅੰਤਰ ਨੂੰ ਘੱਟ ਕਰਨ ਲਈ ਸਮਾਂ ਲੱਗੇਗਾ ਕਿਉਂਕਿ ਜਦੋਂ ਪੁਰਸ਼ਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਉਹਨਾਂ ਨੂੰ ਆਪਣੇ ਹੋਣ ਵਾਲੇ ਮੁਕਾਮ ਤੇ ਪਹੁੰਚਣ ਵਿੱਚ ਸਮਾਂ ਲੱਗਾ ਸੀ ਅਜੇ ਵੀ ਉਹ ਔਸਤਨ ਪੁਰਸ਼ਾਂ ਨਾਲੋਂ 30 ਫੀਸਦ ਘੱਟ ਕਮਾਈ ਕਰਦੀਆਂ ਨੇ। ਕ੍ਰਿਕਟ ਦਾ ਲਿੰਗ ਅਨੁਪਾਤ ਇੰਗਲੈਂਡ ਦੀਆਂ ਖੇਡਾਂ ਵਿੱਚ ਸਭ ਤੋਂ ਵੱਡਾ ਹੈ। ਕੀ ਤੁਹਾਨੂੰ ਵੀ ਜ਼ਿਆਦਾ ਤਨਖਾਹ ਮਿਲਣੀ ਚਾਹੀਦੀ ਹੈ? ਅਸੀਂ ਹਾਲ ਹੀ ਵਿੱਚ ਇੰਗਲੈਂਡ ਕ੍ਰਿਕਟ ਬੋਰਡ ਨਾਲ ਗੱਲਬਾਤ ਕੀਤੀ ਹੈ। ਆਸ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਸਾਨੂੰ ਸਭ ਕੁਝ ਮਿਲੇਗਾ। I guess findings of that and and hopefully we will will be on the right side of of that. If the payment is good Then uh, the more uh, parents will encourage the girls to play cricket. I think it's all about economics. The men's uh, cricket is more popular, it gets in more money, more sponsorship. I think it's about equality, it's not about revenue generation. We should always play to a higher purpose in life about being equal.